ਤੁਸੀਂ ਦੋਵੋ ਇੱਥੇ? ਹਾਂਜੀ ਭਾਬੀ, ਅਸੀਂ ਤੁਹਾਡਾ ਹੀ ਵੇਟ ਕਰ ਰਹੇ ਸੀਗੇ। ਐਕਚੁਅਲੀ ਨਾ ਮੈਂ ਸੋਚਿਆ ਕਿ ਇਸ ਘਰ ਦੇ ਵਿੱਚ ਕੋਈ ਤੁਹਾਨੂੰ ਸਪੋਰਟ ਨਹੀਂ ਕਰਦਾ, ਪਰ ਸਾਨੂੰ ਤਾਂ ਕਰਨਾ ਚਾਹੀਦਾ ਨਾ, ਹੈ ਨਾ ਮਨੂ? ਬਿਲਕੁਲ। ਤੁਸੀਂ ਨੋਟਿਸ ਕੀਤਾ ਕਿਵੇਂ ਅੱਜ ਕਲਿਆਣੀ ਦੀ ਉਸ ਸਹਿਜ ਨੂੰ ਸਪੋਰਟ ਕਰ ਰਹੇ ਸੀ, ਜਦਕਿ ਪੂਰੀ ਫੈਮਿਲੀ ਉਹਦੇ ਅਗੇਂਸਟ ਸੀਗੀ। ਮੈਂ ਇੱਕ ਚੀਜ਼ ਤਾਂ ਦੇਖੀ ਹੈ, ਜਦ ਜਦ ਪੂਰੀ ਫੈਮਿਲੀ ਤੁਹਾਨੂੰ ਸਪੋਰਟ ਕਰਦੀ ਹੈ ਨਾ, ਕਲਿਆਣੀ ਦੀ ਹਮੇਸ਼ਾ ਤੁਹਾਡੇ ਅਗੇਂਸਟ ਹੁੰਦੇ ਨੇ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਤੂੰ ਚੁੱਪ ਰਹੇਗੀ ਮੇਹਰ? ਵੈਸੇ ਮੈਂ ਇੱਕ ਗੱਲ ਨਾ ਦਾਅਵੇ ਨਾ ਕਹਿ ਸਕਦਾ ਕਿ ਸਹਿਜ ਤੇ ਕਲਿਆਣੀ ਜੋ ਕੈਮਿਸਟਰੀ ਬਣ ਰਹੀ ਹੈ ਨਾ, ਇਹ ਕੈਮਿਸਟਰੀ ਦਾ ਆਪਾਂ ਨੂੰ ਬਹੁਤ ਨੁਕਸਾਨ ਹੋਏਗਾ, ਤੇ ਸਭ ਤੋਂ ਵੱਧ ਨੁਕਸਾਨ ਇਹਦੇ 'ਚ ਤੇਰਾ ਹੋਏਗਾ ਮੇਹਰ। ਮੇਰਾ ਨੁਕਸਾਨ? ਹੋਰ ਨਹੀਂ ਤਾਂ ਕੀ? ਤੁਸੀਂ ਉੱਥੇ ਆਫਿਸ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਬਟ ਮੈਨੂੰ ਤਾਂ ਪਤਾ ਕੀ ਲੱਗ ਰਿਹਾ ਕਿ ਜੋ ਤੁਹਾਡੀ ਇਸ ਘਰ ਦੇ ਵਿੱਚ ਜਗ੍ਹਾ ਹੋਣੀ ਚਾਹੀਦੀ ਸੀ ਨਾ, ਉਹ ਵੀ ਕਿਤੇ ਸਹਿਜ ਨਾ ਲੈ ਜਾਵੇ। ਬਿਲਕੁਲ ਸਹੀ ਕਹਿ ਰਹੀ ਆ, ਕਿਚਨ ਤਾਂ ਉਹਨੇ ਕੰਟਰੋਲ ਕਰ ਹੀ ਲਿਆ, ਹੌਲੀ ਹੌਲੀ ਇਹ ਘਰ ਨੂੰ ਸੰਭਾਲ ਲੇਗੀ ਤੇ ਅੱਗੇ ਚੱਲ ਕੇ ਸ਼ਾਇਦ ਇਹ ਬਿਜ਼ਨਸ ਨੂੰ ਵੀ। ਉਹੀ ਤਾਂ 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 ਮੈਂ ਕਹਿ ਰਹੀ ਹਾਂ ਕਿ ਹੁਣ ਤੁਹਾਡੇ ਰਾਹ ਦੇ ਵਿੱਚ ਨਾ ਸਿਰਫ ਕਲਿਆਣੀ ਦੀ ਨਹੀਂ ਹੈਗੇ, ਉਹ ਸਹਿਜ ਵੀ ਹੈ ਜੋ ਇਸ ਘਰ ਦੇ ਵਿੱਚ ਨਾ ਕੁੰਡਲੀ ਮਾਰ ਕੇ ਬੈਠੀ ਹੋਈ ਹੈ। ਸਾਨੂੰ ਸਭ ਤੋਂ ਪਹਿਲਾਂ ਨਾ ਉਸ ਸਹਿਜ ਨੂੰ ਇਸ ਘਰ ਦੇ ਵਿੱਚੋਂ ਕੱਢਣਾ ਪਏਗਾ। ਕੋਸ਼ਿਸ਼ ਤਾਂ ਮੈਂ ਕਰ ਹੀ ਰਹੀ ਹਾਂ, ਪਰ ਉਸ ਕਲਿਆਣੀ ਮਲਹੋਤਰਾ ਦਾ ਇਸ ਘਰ ਤੇ ਹੋਲਡ ਹੀ ਇੰਨਾ ਹੈ ਕਿ ਬਟ ਉਹ ਸਹਿਜ ਨੇ ਕਿਹਾ ਨਾ ਕਿ ਵਿਆਹ ਹੋਣ ਤੋਂ ਬਾਅਦ ਉਹ ਇਸ ਘਰ ਚੋਂ ਚਲੇ ਜਾਣਗੇ। ਤੁਹਾਨੂੰ ਲੱਗਦਾ? ਟੂ ਬੀ ਆਨੈਸਟ, ਮੈਨੂੰ ਨਹੀਂ ਲੱਗਦਾ। ਜਿਸ ਹਿਸਾਬ ਨਾਲ ਉਹਨੇ ਕਲਿਆਣੀ ਦੀ ਨੂੰ ਆਪਣੀ ਮੁੱਠੀ ਦੇ ਵਿੱਚ ਕੀਤਾ ਹੋਇਆ ਨਾ, ਆਈ ਡੋਂਟ ਫੀਲ ਕਿ ਉਹ ਇੰਨੀ ਛੇਤੀ ਤੋਂ ਜਾਣ ਵਾਲੀ ਹੈ। ਬਟ ਮੈਂ ਇਕੱਲੇ ਕਰ ਵੀ ਕੀ ਸਕਦੀ ਹਾਂ? ਜਦੋਂ ਦੀ ਇਸ ਘਰ ਦੇ ਵਿੱਚ ਆਈ ਹਾਂ ਹਰ ਚੀਜ਼ ਦੇ ਲਈ ਲੜ ਰਹੀ ਹਾਂ, ਪਰ ਕੀ ਫਾਇਦਾ ਜਦੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਜਾਣੇ ਸਿਰ ਝੁਕਾ ਕੇ ਖੜੇ ਨੇ। ਜ਼ਰੂਰੀ ਨਹੀਂ ਹੈ ਕਿ ਹਰ ਵਾਰ ਲੜਾਈ ਆਹਮਣੇ ਸਾਹਮਣੇ ਦੀ ਲੜੀ ਜਾਵੇ, ਕਈ ਵਾਰ ਪਿੱਠ ਤੇ ਵਾਰ ਕਰਕੇ ਵੀ ਜਿੱਤਿਆ ਜਾ ਸਕਦਾ। ਮੈਂ ਸਮਝੀ ਨਹੀਂ। ਮੈਂ ਸਮਝਾਉਂਦਾ, ਪਹਿਲਾਂ ਤਾਂ ਸਹਿਜ ਨੂੰ ਇਸ ਘਰ ਚੋਂ ਬਾਹਰ ਕੱਢਣਾ ਪਏਗਾ ਤੇ ਫਿਰ ਕਲਿਆਣੀ ਨੂੰ ਇਸ ਬਿਜ਼ਨਸ 'ਚ। ਪਰ ਉਹ ਕਿਵੇਂ? ਮੈਂ ਦੱਸਦੀ ਹਾਂ ਭਾਬੀ, ਲੈਟ ਮੀ ਟੈਲ ਯੂ। ਰੀਅਲੀ? ਯੈਸ, ਇਹ ਨਾ ਇਸ ਚੀਜ਼ ਦਾ ਸਭ ਤੋਂ ਈਜ਼ੀ ਸੋਲਿਊਸ਼ਨ ਹੈ। ਤੁਹਾਡੇ ਰਸਤੇ ਦੇ ਸਭ ਤੋਂ ਵੱਡੇ ਪੱਥਰ ਨੂੰ ਨਾ ਸਭ ਤੋਂ ਪਹਿਲਾਂ ਸਾਨੂੰ ਘਰੋਂ ਬਾਹਰ ਕੱਢਣਾ ਪਏਗਾ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।